का त्यौहार आप क्यों मनाया जाता है और आप लोगों ने कैसे मनाया इसको बताओ। नाम मेरा कुलदीप कौर है, मैं पंचायत मेंबर है पिंड मेरा कंवाला। ਅਸੀਂ ਅੱਜ ਤੀਆਂ ਦਾ ਤਿਉਹਾਰ ਮਨਾਇਆ ਕਿ ਕੁੜੀਆਂ ਇਕੱਠੀਆਂ ਹੋ ਕੇ ਸਭ ਤੀਜਾਂ ਦਾ ਤਿਉਹਾਰ ਮਨਾਉਂਦੀਆਂ। ਅੱਜ ਕੱਲ੍ਹ ਰਿਵਾਜ਼ ਹੋ ਗਿਆ ਬਹੁਤ ਬੀਬੀਆਂ ਨੂੰ ਤੀਆਂ ਦਾ ਤਿਉਹਾਰ ਮਨਾਉਣੇ ਦਾ, ਹੈ ਨਾ। ਇਹ ਖੁਸ਼ੀ ਖੁਸ਼ੀ ਪਿਓਕਿਆਂ ਦੇ ਘਰ ਆਉਂਦੀਆਂ ਕੁੜੀਆਂ ਜਾਂ ਤਿਉਹਾਰ ਮਨਾਉਂਦੀਆਂ ਤੀਜਾਂ ਦਾ। ਅਤੇ ਕਿਹੜਾ ਪਿੰਡ ਹੈ, ਕਿਹੜੀ ਜਗ੍ਹਾ 'ਤੇ, ਅੱਜ ਆਪਾਂ ਕੀ ਕੀਤਾ, ਤੀਜ 'ਚ ਕੀ ਕੁਛ ਕੀਤਾ ਜਾਂਦਾ ਹੈ ਉਹਦੇ ਬਾਰੇ ਥੋੜ੍ਹਾ ਦੱਸੋ। ਅੱਛਾ, ਅਸੀਂ ਜੇ ਉਰੇ ਗੁਰਦੁਆਰਾ ਦਾ ਟੱਕ ਲਵਾਇਆ, ਗੁਰਦੁਆਰਾ ਜਿੱਥੇ ਨਵਾਂ ਬਣਨਾ ਉਸ ਜਗ੍ਹਾ 'ਤੇ ਤੀਆਂ ਮਨਾਈਆਂ ਤੀਜ ਨੂੰ ਪਿੰਡ ਕੰਬਾਲਾ। ਡੀਜੇ ਵੀ ਲਾਇਆ, ਹਾਂ ਡੀਜੇ ਲਾਇਆ, ਕੁੜੀਆਂ ਨੇ ਗਿੱਧਾ ਪਾਇਆ, ਨੱਚਿਆ, ਪੀਂਘਾਂ ਲਈਆਂ ਕੁੜੀਆਂ ਨੇ, ਹਾਂ ਜੀ, ਇਹਨਾਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ ਕੁੜੀਆਂ ਨੇ, ਹਾਂ ਜੀ। ਅਤੇ ਜੇ ਮੈਡਮ ਤੁਹਾਡੇ ਨਾਲ ਗੱਲ ਕੀਤੀ ਜਾਵੇ, ਜਿਹੜਾ ਤੀਜ ਦਾ ਫੈਸਟੀਵਲ ਹੈ ਜ਼ਿਆਦਾ ਪਿੰਡਾਂ 'ਚ ਰਹਿ ਗਿਆ, ਸ਼ਹਿਰਾਂ 'ਚ ਹੁਣ ਹੋਰ ਤਰ੍ਹਾਂ ਦਾ ਕਲਚਰ ਬਣ ਰਿਹਾ, ਉਹਦੇ ਬਾਰੇ ਕੀ ਕਹੋਗੇ? ਹੁਣ ਪਿੰਡਾਂ ਦਾ ਕਲਚਰ ਤਾਂ ਪਹਿਲਾਂ ਹੀ ਹੈ, ਫਿਰ ਪੀਂਘਾਂ ਲੈਣੀਆਂ, ਗਿੱਧਾ ਪਾਉਣਾ ਕੁੜੀਆਂ ਨੇ, ਅਸੀਂ ਦੋ ਘੜੀ ਆਪਣੀ ਉਹ ਕਰਨੀ, ਹਾਂ, ਗੀਤ ਗਾਉਣੇ, ਹਾਂ, ਡੈਕ ਲਾਉਣੇ, ਪੁਰਾਣਾ ਹੀ ਰਿਵਾਜ਼ ਆ ਪਿੰਡਾਂ 'ਚ, ਤਾਂ ਹੁਣ ਸ਼ਹਿਰਾਂ ਦਾ ਤਾਂ ਨਵੇਂ ਨਵੇਂ ਬੱਚੇ ਪੜ੍ਹੇ ਲਿਖੇ ਵੇ ਆ, ਹੈ ਨਹੀਂ। ਅਤੇ ਜਿਹੜੀ ਅੱਜ ਦੀ ਜਨਰੇਸ਼ਨ ਜੇ ਗੱਲ ਕੀਤੀ ਜਾਵੇ, ਜਿਵੇਂ ਅੱਜ ਦੀਆਂ ਕੁੜੀਆਂ ਨੇ, ਕੀ ਉਹਨਾਂ ਨੂੰ ਵੀ ਇਸ ਚੀਜ਼ ਦਾ ਚਾਅ ਹੈਗਾ ਕਿ ਆ ਪਿਛਲੇ ਜਿਹੜਾ ਵੈਸਟਰਨ ਕਲਚਰ ਆ ਰਿਹਾ ਉਸ ਵੱਲ ਜ਼ਿਆਦਾ ਧਿਆਨ ਦੇ ਰਹੇ? ਨਹੀਂ ਜੀ, ਅਸੀਂ ਕੁੜੀਆਂ ਨੇ ਵੀ ਹੁੰਦੀਆਂ ਨੇ ਬੁਲਾਉਂਦੇ ਹਾਂ, ਉਹਨਾਂ ਨੂੰ ਵੀ ਪਤਾ ਲੱਗਦਾ ਦੱਸੀ ਦਾ, ਉਹਨਾਂ ਨੂੰ ਵੀ ਤੀਆਂ ਕਾਹਤੇ ਮਨਾਈ ਦੀਆਂ, ਕਿੱਕਣਾ ਮਨਾਈ ਦੀਆਂ, ਕਿਹੜੇ ਦਿਨ ਹੋਆ ਤੀਆਂ, ਤੀਜ ਦਾ ਤਿਉਹਾਰ ਹੈ ਤੀਆਂ ਦਾ, ਹਾਂ, ਜਿੱਦਣ ਤੀਜ ਹੁੰਦੀ ਉਦੋਂ ਤਿਉਹਾਰ ਹੁੰਦਾ, ਹਾਂ, ਕੁੜੀਆਂ ਨੂੰ ਵੀ ਅੱਜ ਕੱਲ੍ਹ ਦੀਆਂ ਦੱਸੀ ਦਾ ਜੀ, ਹਾਂ, ਇਹ ਲੱਛਣ। ਖੀਰ ਪੂੜੇ ਬਣੇ? खीर पूड़े, हाँ, खीर पूड़े, हाँ, खीर पूड़े। आज आप देख सो बड़ी खबरों के लिए सब्सक्राइब करें आज प्रकाश टीवी और बेल आइकन।